ਪੰਜਾਬ ਦੀਆਂ 4 ਜੇਲ੍ਹਾਂ ਦੇ ਵਿੱਚ CRPF ਦੀ ਹੋਏਗੀ ਤੈਨਾਤੀ ਤੇ ਲੁਧਿਆਣਾ ਜੇਲ੍ਹ ਦੇ ਵਿੱਚ CRPF ਦੇ ਜਵਾਨ ਪਹੁੰਚ ਚੁੱਕੇ ਨੇ ਜਿਨ੍ਹਾਂ ਨੂੰ ਰਿਸੀਵ ਕੀਤਾ ਜੇਲ੍ਹ ਸੁਪਰੀਡੈਂਟ ਵੱਲੋਂ ਸਾਡੇ ਨਾਲ ਮੌਜੂਦ ਨੇ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਜੀ ਸਰ ਕਿਸ ਤਰ੍ਹਾਂ ਦੀ ਤੈਨਾਤੀ ਰਹੇਗੀ CRPF ਦੇ ਜਵਾਨ ਜੇਲ੍ਹ 'ਚ ਪਹੁੰਚ ਚੁੱਕੇ ਨੇ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚ ਇਹਨਾਂ ਦੀ ਕੀ ਡਿਊਟੀ ਰਹੇਗੀ ਜੀ ਇਹਨਾਂ ਦੀ ਡਿਊਟੀ ਮੇਨ ਜਿਹੜੀ ਹੈਗੀ ਹੈ ਕਿ ਮੇਨ ਡਿਊੜੀ ਦੇ ਵਿੱਚ ਫਰਿਸਕਿੰਗ ਦੀ ਹੈ ਉਸ ਤੋਂ ਬਾਅਦ ਮੁਲਾਕਾਤ ਅਤੇ ਫਰਿਸਕਿੰਗ ਦੀ ਹੈ ਉਸ ਤੋਂ ਬਾਅਦ ਹਾਈ ਸਿਕਿਉਰਿਟੀ ਜ਼ੋਨ 'ਤੇ ਲੱਗਣਗੇ ਅਤੇ ਮੇਨ ਜਿਹੜੇ ਵੀ ਮੇਨ ਮੱਦਾਂ ਹੈਗੀਆਂ ਉਹਨਾਂ 'ਤੇ ਇਹਨਾਂ ਦੀ ਡਿਊਟੀ ਲੱਗ ਰਹੀ ਹੈ ਸਰ ਕਿੰਨੇ ਜਵਾਨ CRPF ਦੇ ਆ ਚੁੱਕੇ ਅਤੇ ਤੁਹਾਡੇ ਇਸ ਟਾਈਮ ਕਿੰਨੇ ਜਵਾਨ ਟੋਟਲ ਤੈਨਾਤ ਨੇ ਟੋਟਲ ਜੇਲ੍ਹ ਦੇ ਵਿੱਚ 76 ਲੜਕੇ ਆਇਆ ਵਿਦ ਇਹਨਾਂ ਦੇ ਜਿਹੜਾ ਇਹਨਾਂ ਦਾ ਅਸਿਸਟੈਂਟ ਕਮਾਂਡੈਂਟ ਹੈਗੇ ਆ ਉਹ ਨਾਲ ਨੇ ਔਰ ਇੱਕ ਜਿਹੜੇ ਕਮਾਂਡੈਂਟ ਸਾਹਿਬ ਆ ਉਹ ਵੀ ਜਿਹੜੇ ਹੈਗੇ ਆ ਉਹ ਇਹਨਾਂ ਦੀ ਚੈਕਿੰਗ ਵਾਸਤੇ ਆਇਆ ਕਰਨਗੇ ਸਰ ਕਿਸ ਤਰ੍ਹਾਂ ਇਹਨਾਂ ਦੀ ਕਿਹੜੇ ਕਿਹੜੇ ਜ਼ੋਨ ਦੇ ਵਿੱਚ ਰਹੇ ਕਰੇਗੀ ਕਿ ਕਿਸ ਸ਼ਿਫਟਿੰਗ ਵਿੱਚ ਰਹੇਗੀ ਕਿ ਸਾਰੇ ਇਕੱਠੇ ਤੈਨਾਤ ਹੋਏਗੇ ਕਿਸ ਤਰ੍ਹਾਂ ਦੀ ਡਿਊਟੀ ਪਾਰਟ ਪਲੇ ਡਿਊਟੀ ਪਹਿਲਾਂ ਜਿਹੜੀ ਇਹਨਾਂ ਦੀ ਡਿਊਟੀ ਹੈ ਸਾਡੇ ਵੱਲੋਂ ਬਰੀਫ ਕੀਤੀ ਜਾਏਗੀ ਉਸ ਤੋਂ ਬਾਅਦ ਫਿਰ ਜਿਵੇਂ ਡਿਊਟੀ 'ਤੇ ਆ ਮੇਨ ਜਿਵੇਂ ਸਾਨੂੰ ਲੋੜ ਹੈਗੀ ਹੈ ਕਿ ਮੇਨ ਡਿਊੜੀ 'ਤੇ ਕਿ ਡਿਊੜੀ ਤੋਂ ਕੋਈ ਪ੍ਰਿਵੇਟਿਡ ਆਰਟੀਕਲ ਕਿਸੇ ਕਿਸਮ ਦਾ ਨਾ ਜਾਵੇ ਕਿਸੇ ਮੁਲਾਜ਼ਮ ਦੀ ਕੋਈ ਮਿਲੀ ਭੁਗਤ ਨਾ ਹੋਏ ਜਾਂ ਕੋਈ ਪ੍ਰਿਜ਼ਨਰਸ ਅੰਦਰ ਕਿਸੇ ਵੀ ਤਰੀਕੇ ਨਾਲ ਵਰਜਿਤ ਵਸੂ ਅੰਦਰ ਨਾ ਲੈ ਕੇ ਜਾ ਪਹੁੰਚ ਸਕਸੈਸਫੁਲ ਹੋਣ ਉਸ ਤੋਂ ਬਾਅਦ ਮੁਲਾਕਾਤ 'ਤੇ ਕਿਉਂਕਿ ਵਿਜ਼ਟਰਸ ਹੁੰਦੇ ਆ ਉਹ ਕਿਸੇ ਵਿਜ਼ਟਰ ਦੀ ਮਿਲੀ ਭੁਗਤ ਨਾਲ ਅੰਦਰ ਸਮਾਨ ਨਾ ਚਲਾ ਜਾਏ ਉਹ ਸਰਚਿਸ ਦੀ ਡਿਊਟੀ ਇਹਨਾਂ ਦੀ ਲਗਾਈ ਜਾਏਗੀ ਉਸ ਤੋਂ ਬਾਅਦ ਹਾਈ ਸਿਕਿਉਰਿਟੀ ਜ਼ੋਨ 'ਚ ਜਿੱਥੇ ਗੈਂਗਸਟਰਸ ਆ ਉਹਨਾਂ 'ਤੇ ਜਿਹੜੀ ਆ ਸਰਚਿੰਗ ਡੀਪਲੀ ਕਰਨ ਵਾਸਤੇ ਜਿਹੜੇ 2 ਸਾਡੇ ਕੋਲ ਹਾਈ ਸਿਕਿਉਰਿਟੀ ਜ਼ੋਨਸ ਹੈਗੇ ਅਤੇ ਦੋਨਾਂ 'ਤੇ ਇਹਨਾਂ ਦੀ ਡਿਊਟੀ ਲਗਾਈ ਜਾਏਗੀ ਬਾਉਂਡਰੀ ਵਾਲ 'ਤੇ ਵੀ ਕੁਛ ਇਹਨਾਂ ਦੀ ਡਿਊਟੀ ਹੋਏਗੀ ਕਿ ਬਾਉਂਡਰੀ ਵਾਲ 'ਤੇ ਇੱਕ QRT ਇਹਨਾਂ ਦੀ ਤੈਨਾਤ ਹੋਏਗੀ ਜਿਹੜੀ ਸਟੇਸ਼ਨ ਹੋਏਗੀ ਸਾਡੀ ਜੇਲ੍ਹ ਦੀ ਡਿਊੜੀ ਦੇ ਬਾਹਰ ਔਰ ਉਹਨਾਂ ਤੋਂ ਅਸੀਂ ਜਿਹੜਾ ਹੈਗਾ ਪੈਟਰੋਲਿੰਗ ਕਰਵਾਇਆ ਕਰਾਂਗੇ ਹਰੇਕ 2 ਘੰਟੇ ਬਾਅਦ ਸਰ ਕਿੰਨੇ ਕੁ ਗੈਂਗਸਟਰ ਅਤੇ ਕਿੰਨੇ ਕੁ ਜਿਹੜੇ ਵੱਡੇ ਸਮੱਗਲਰ ਇਸ ਸਮੇਂ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚ ਬੰਦ ਨੇ ਸਾਡੇ ਕੋਲ ਇਸ ਟਾਈਮ 13 ਗੈਂਗਸਟਰ ਹੈਗੇ ਆ ਜੀ ਜਿਹੜੇ ਕਿ ਮਤਲਬ ਹਾਈ ਸਿਕਿਉਰਿਟੀ ਜ਼ੋਨ ਦੇ ਵਿੱਚ ਹੈਗੇ ਉਸ ਤੋਂ ਇਲਾਵਾ ਵੱਡੇ ਸਮੱਗਲਰਸ ਹੈਗੇ ਆ ਜਿਹੜੇ 62 ਦੇ ਕਰੀਬ ਹੈਗੇ ਆ ਔਰ ਮਲਟੀ ਕੇਸਿਸ ਵਾਲੇ ਸਾਡੇ ਕੋਲ ਚੋਰੀ ਡਕੈਤੀ ਰੋਬਰੀ ਵਾਲੇ ਹਾਰਡ ਪ੍ਰਿਜ਼ਨਰਸ ਹੈ ਜਿਨ੍ਹਾਂ ਨੂੰ ਹਾਰਡਕੋਰ ਪ੍ਰਿਜ਼ਨਰਸ ਵੀ ਕਹਿ ਸਕਦੇ ਆ ਕਿ ਉਹ ਕਾਫੀ ਬੰਦੀ ਜਿਹੜੇ ਹੈਗੇ ਆ ਸਾਡੇ ਕੋਲ ਕਾਫੀ ਮਾਤਰਾ ਦੇ ਵਿੱਚ ਜਿਹੜੇ ਇਸ ਜੇਲ੍ਹ 'ਚ ਬੰਦ ਆ ਟੋਟਲ 3400 ਦੇ ਕਰੀਬ ਜਿਹੜੀ ਹੈਗੀ ਹੈ ਗਿਣਤੀ ਇਸ ਟਾਈਮ ਪ੍ਰਿਜ਼ਨ ਦੇ ਵਿੱਚ ਹੈਗੀ ਹੈ ਸਰ ਅਕਸਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿਵਾਦਾਂ 'ਚ ਰਹੀਆਂ ਮੋਬਾਈਲ ਰੈਗੂਲਰ ਚੈਕਿੰਗ ਦੇ ਵਿੱਚ ਬਰਾਮਦ ਹੁੰਦੇ ਰਹੇ ਨਸ਼ੇ ਅੰਦਰ ਮਿਲਦੇ ਰਹੇ ਆ ਅਤੇ ਪਿਛਲੇ ਦਿਨਾਂ 'ਚ ਲੁਧਿਆਣਾ ਇੱਕ ਸੈਂਟਰ ਜਿਹੜਾ ਇੱਕ ਵੱਡਾ ਇੰਸੀਡੈਂਟ ਵੀ ਹੋਇਆ ਜਿਹਦੇ 'ਚ ਕਾਫੀ ਝਗੜਾ ਵਗੈਰਾ ਹੋਇਆ ਆਪਸ ਦੇ ਵਿੱਚ ਕੈਦੀਆਂ ਦੇ ਪੁਲਿਸ ਦੇ ਵਿੱਚ ਕੀ ਕਹਿਣਾ ਚਾਹੁੰਗੇ ਹੁਣ CRPF ਦੀ ਤੈਨਾਤੀ ਤੋਂ ਬਾਅਦ ਕਿਸ ਤਰ੍ਹਾਂ ਦਾ ਦੇਖਦੇ ਹੋ ਤੁਸੀਂ ਨਹੀਂ ਉੱਥਾਂ CRPF ਤਦ ਹੀ ਆਈ ਹੈ ਜੀ ਅਗਰ ਕੋਈ ਪ੍ਰੋਬਲਮਸ ਹੈਗੀਆਂ ਜੇਲ੍ਹਾਂ ਦੇ ਵਿੱਚ ਤਾਂ ਹੀ ਅਸੀਂ ਇਹਨਾਂ ਤੋਂ ਮਤਲਬ ਜੋ ਵੀ ਪੰਜਾਬ ਸਰਕਾਰ ਨੇ ਜੋ ਵੀ ਸਾਡੇ ਮੰਤਰੀ ਸਾਹਿਬ ਦੇ ਹੁਕਮਾਂ ਨਾਲ ਜੋ ਵੀ ਉਹਨਾਂ ਨੇ CM ਸਾਹਿਬ ਤੋਂ ਅਪਰੂਵ ਕਰਾ ਕੇ CRPF ਕਿਉਂਕਿ ਇਹਨਾਂ ਦਾ ਬਜਟ ਕਾਫੀ ਹੁੰਦਾ ਇਹਨਾਂ ਦਾ ਖਰਚਾ ਕਾਫੀ ਹੁੰਦਾ ਔਰ ਸਰਕਾਰ ਇਹ ਪੇ ਤਾਂ ਹੀ ਕਰ ਰਹੀ ਹੈ ਕਿ ਉਹ ਸੁਧਾਰ ਕਰਨਾ ਚਾਹੁੰਦੀ ਹੈਗੀ ਜੇਲ੍ਹਾਂ ਦੇ ਵਿੱਚ ਅਤੇ ਬੈਨੀਫਿਟ ਸਾਨੂੰ ਇਹਨਾਂ 100% ਮਿਲੇਗਾ ਹੀ ਮਿਲੇਗਾ ਜੀ ਬਿਲਕੁਲ ਇਹ ਸੀਗੇ ਕੇਂਦਰੀ ਜੇਲ੍ਹ ਲੁਧਿਆਣਾ ਦੇ ਸੁਪਰੀਡੈਂਟ ਰਾਜੀਵ ਅਰੋੜਾ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੀ ਡਿਊਟੀ ਰਹੇਗੀ ਜਿਹੜੇ ਜਵਾਨ CRPF ਦੇ ਲੁਧਿਆਣਾ ਸੈਂਟਰਲ ਜੇਲ੍ਹ ਦੇ ਪਹੁੰਚੇ ਨੇ ਅੱਜ ਤੋਂ ਡਿਊਟੀ ਉਹਨਾਂ ਦੀ ਸਟਾਰਟ ਹੋ ਜਾਏਗੀ ਅਤੇ ਵੱਖ ਵੱਖ ਜ਼ੋਨ ਦੇ ਵਿੱਚ ਉਹਨਾਂ ਦੀ ਡਿਊਟੀ ਲਗਾਈ ਜਾਏਗੀ ਮੁੱਖਿਆ ਜਿਹੜੀ ਮੇਨ ਡਿਊਟੀ ਹੈਗੀ ਆ ਬਾਹਰ ਡਿਊਟੀ ਦੇ ਵਿੱਚ ਚੈਕਿੰਗ ਦੀ ਰਹੇਗੀ ਤਾਂ ਕਿ ਜੇਲ੍ਹ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਮੋਬਾਈਲ ਕੋਈ ਹਥਿਆਰ ਜਾਂ ਕੋਈ ਨਸ਼ਾ ਜਿਹੜੇ ਵੱਡੇ ਸਮੱਸਿਆਵਾਂ ਬਣੀਆਂ ਹੋਈਆਂ ਸੀਗੀਆਂ ਉਹਦੇ ਦੇ ਉੱਤੇ ਨਾ ਹੋਏ ਅਤੇ ਹੁਣ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੋਂ ਕੁਝ ਸਮੇਂ ਬਾਅਦ ਜਿਹੜੇ ਜਵਾਨ ਇੱਥੇ ਪਹੁੰਚੇ ਨੇ ਅੱਜ ਸਵੇਰੇ ਕਰੀਬ 6 ਵਜੇ ਦੇ ਕਰੀਬ ਰੇਲਵੇ ਸਟੇਸ਼ਨ 'ਤੇ ਉਤਰੇ ਨੇ ਅਤੇ ਹੁਣ ਆਪਣੀ ਡਿਊਟੀ ਸੰਭਾਲਣ ਵਾਸਤੇ ਮੋਰਚਾ ਸੰਭਾਲਣ ਵਾਸਤੇ CRPF ਦੇ ਜਵਾਨ ਇੱਥੇ ਪਹੁੰਚ ਚੁੱਕੇ ਨੇ 3400 ਦੇ ਕਰੀਬ ਜਿਹੜੇ ਕੈਦੀ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦੇ ਵਿੱਚੋਂ 13 ਤੋਂ ਵੱਧ ਪਰ ਮੁੱਖ ਗੈਂਗਸਟਰ ਨੇ ਅਤੇ 62 ਤੋਂ ਵੱਧ ਜਿਹੜੇ ਵੱਡੇ ਸਮੱਗਲਰ ਨੇ ਉਹ ਇੱਥੇ ਲੁਧਿਆਣਾ ਦੇ ਵਿੱਚ ਬੰਦ ਨੇ ਉਹਨਾਂ ਦੀ ਸੁਰੱਖਿਆ ਅਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਗੈਰ ਕਾਨੂੰਨੀ ਸਮਾਨ ਜੇਲ੍ਹਾਂ ਦੇ ਵਿੱਚ ਨਾ ਪਹੁੰਚੇ ਉਸਦੀ ਡਿਊਟੀ ਸੰਭਾਲਣ ਵਾਸਤੇ CRPF ਦੇ ਜਵਾਨ ਲੁਧਿਆਣਾ ਜੇਲ੍ਹ 'ਤੇ ਪਹੁੰਚ ਚੁੱਕੇ ਨੇ ਅਤੇ ਉਮੀਦ ਕੀਤੀ ਜਾ ਸਕਦੀ ਕਿ ਜੇਲ੍ਹਾਂ ਦੇ ਵਿੱਚ ਲਗਾਤਾਰ ਜਿਹੜੇ ਮੋਬਾਈਲ ਨਸ਼ਾ ਅਤੇ ਹੋਰ ਗੈਰ ਕਾਨੂੰਨੀ ਸਮਾਨ ਪਹੁੰਚਦਾ ਰਿਹਾ ਹੁਣ ਉਸਦੇ 'ਤੇ ਉੱਤੇ ਠੱਲ ਪੈਂਦੀ ਨਜ਼ਰ ਆਵੇਗੀ ਕਹਿਣਾ ਮੈਂ ਰੋਹਿਤ ਦੇ ਨਾਲ ਵਿਵੇਕ ਟਾਲ ਦੈਨਿਕ ਸਵੇਰਾ TV ਲੁਧਿਆਣਾ